ਕਿੱਦਾਂ ਫਿਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਮਤਲਬ ਦਾ ਡਾਂਸ ਐਂਟਰਟੇਨਮੈਂਟ ਲਈ ਹੁੰਦਾ ਆ ਤੇ ਇਹਨੂੰ ਕੋਈ ਸੀਰੀਅਸ ਲੈਣ ਦੀ ਲੋੜ ਨਹੀਂ ਹੈਗੀ ਤੇ ਮੇਰੇ ਵੀਰ ਤੇ ਭੈਣ ਤੇ ਭਰਾ ਨੇ ਕਿਸੇ ਨੇ ਭਮੱਤਰ ਕੇ ਮਾਸਟਰ ਸਲੀਮ ਬਣ ਕੇ ਵਰਗੇ ਭੈੜੇ ਭੈੜੇ ਕਮੈਂਟ ਬਿਲਕੁਲ ਵੀ ਨਹੀਂ ਕਰਦੇ ਕਿਉਂਕਿ ਆਪਾਂ ਤੇ ਯਾਰ ਸਿੰਗਰ ਦੇ ਲਿਰਿਕਸ ਨਾਲ ਜੁਗਲਬੰਦੀ ਕਰਕੇ ਹਾਸੇ ਪਾਉਣ ਦੀ ਕੋਸ਼ਿਸ਼ ਕਰਦੇ ਤੇ ਅੱਜ ਵੀ ਆਪਾਂ ਉਹੀ ਕੋਸ਼ਿਸ਼ ਕਰਨੀ ਹੈ ਸੋ ਵਿਦਆਊਟ ਵੇਸਟਿੰਗ ਟਾਈਮ ਲੈਟ ਗੈਟ ਸਟਾਰਟਡ ਹੈਲੋ ਕੌਣ ਬੋਲਦਾ ਵੀਰੇ ਸਿੰਘਾ ਬੋਲਦਾ ਵੀਰੇ ਹੈ ਕੌਣ ਦੇਖਿਓ ਦੱਸ ਲਈ ਮਜ਼ਾਕ ਵੀਰੇ ਮਜ਼ਾਕ ਮੈਂ ਤੁਹਾਨੂੰ ਫੋਨ ਤਾਂ ਲਾਇਆ ਸੀ ਉਹ ਤੁਹਾਡਾ ਨਾ ਕੱਚਾ ਰਹਿ ਗਿਆ ਸੀ ਘਰੇ ਲੈ ਜਾਓ ਟਾਈਮ ਕੱਢ ਕੇ ਬਾਪੂ ਮੇਰਾ ਦਰਜੀ ਆ ਇੱਥੇ ਦੁਨੀਆ ਸਾਰੀ ਕਰਜੀ ਆ ਆਈ ਡੋਂਟ ਲਾਈਕ ਆਲੂ ਗੋਭੀ ਦੀ ਸਬਜ਼ੀ ਬਿਕੋਜ਼ ਉਹ ਤੋਂ ਮੈਨੂੰ ਅਲਰਜੀ ਆ ਬਾਕੀ ਮੈਂ ਗੱਲ ਕਰਾਂ ਪੰਜਾਬ ਦੇ ਸਿੰਗਰਾਂ ਦੀ ਸਾਲੇ ਸਾਰੇ ਹੀ ਫਰਜੀ ਆ ਵੀਰੇ ਕਿਵੇਂ ਲੱਗੀ ਜੁਗਲਬੰਦੀ ਤੈਨੂੰ ਕਿਸੇ ਨੇ ਨਹਿਰ ਚ ਮਾਰ ਕੇ ਸਿੱਟ ਦੇਣਾ ਤਾਰੀਫ ਕਰ ਸਕਦੇ ਸੀ ਲੈ ਸਿਰਫ ਨਾਈਸ ਵੀਰੇ ਤੁਸੀਂ ਇੱਥੇ ਕਹਿ ਸਕਦੇ ਸੀ ਕਿ ਬਹੁਤ ਵਧੀਆ ਬਹੁਤ ਘੈਂਟ ਬੰਦਾ ਬਹੁਤ ਵਧੀਆ ਘੈਂਟ ਬੰਦਾ ਮੈਨੂੰ ਛੋਟਾ ਮੋਟਾ ਨਾ ਜਾਣੀ ਮੈਂ ਹਰੇਕ ਕੰਮ ਕਰ ਲੈਣਾ ਹਰੇਕ ਕੰਮ ਆਹੋ ਐਨੀ ਟਾਈਮ ਐਨੀਥਿੰਗ ਐਨੀ ਪਲੇਸ ਤੁਸੀਂ ਬੰਦਾ ਮਾਰਨਾ ਬੰਦਾ ਬੁੰਦਾ ਥੋੜੀ ਮਾਰਨਾ ਵੀਰੇ ਉਦਾਂ ਗੱਪ ਗੁੱਪ ਮਾਰ ਲੈਂਦਾ ਮੈਂ ਗੱਪਾਂ ਜਿੰਨੀ ਮਰਜ਼ੀ ਮਿਲਵਾ ਲਓ ਵੀਰੇ ਤੁਸੀਂ ਕਦੇ ਗੱਪ ਮਾਰੀ ਆ ਕਿਸੇ ਕਿਸੇ ਜਗ੍ਹਾ ਤੇ ਮੈਨੂੰ ਲੱਗਦਾ ਵੀਰੇ ਤੁਸੀਂ ਹਰੇਕ ਜਗ੍ਹਾ ਤੇ ਗੱਪ ਮਾਰਦੇ ਹੋ ਹਰੇਕ ਜਗ੍ਹਾ ਤੇ ਨਹੀਂ ਲੈ ਹਰੇਕ ਜਗ੍ਹਾ ਤੇ ਕਿਉਂ ਨੀ ਹਰੇਕ ਜਗ੍ਹਾ ਤੇ ਤਾਂ ਗੱਪ ਮਾਰਦੇ ਹੋ ਤੁਸੀਂ ਤੁਹਾਡੇ ਗਾਣੇ ਚ ਕਿੰਨੀਆਂ ਗੱਪਾਂ ਹੁੰਦੀਆਂ ਨੇ ਵੀ ਮੈਂ ਆਹ ਮਾਰਤਾ ਉਹ ਬੰਦਾ ਮਾਰਤਾ ਉਹ ਕਦੇ ਕੀੜੀ ਵੀ ਮਾਰੀ ਆ ਤੁਸੀਂ ਟੋਲ ਪਲਾਜ਼ਾ ਤੇ ਮੈਂ ਸਿਰ ਪਾੜਿਆ ਵੀਰੇ ਇੱਥੇ ਕੀੜੀ ਦੀ ਗੱਲ ਹੋ ਰਹੀ ਕੀੜੀ ਮਾਰੀ ਕਦੇ ਸਿਰ ਤਾਂ ਜਾਣਾ ਖਾਣਾ ਪਾਣੀ ਕਰਦਾ ਕੀੜੀ ਮਾਰੀ ਕਦੇ ਨਹੀਂ ਮਾਰੀ ਨਾ ਮਰ ਜਾ ਨਹੀਂ ਮਾਰੀ ਹਾਂ ਕਹਿ ਸਕਦੇ ਹੋ ਬਸ ਗੱਲ ਤਾਂ ਕੀੜੀ ਦੀ ਹੋ ਰਹੀ ਹੈ ਤੇ ਕਮਾਲ ਆ ਯਾਰ ਗੱਲ ਕੀੜੀ ਦੀ ਹੋ ਰਹੀ ਹੈ ਗੱਲ ਕੀੜੀ ਦੀ ਹੋ ਰਹੀ ਹੈ ਯਾਰ ਸ਼ੇਰ ਸ਼ੂਰ ਮਾਰਨਾ ਤਾਂ ਦੱਸ ਮੁੰਡੇ ਨੂੰ ਸ਼ੇਰ ਤਾਂ ਉਹ ਮਾਰਦਾ ਹੁੰਦਾ ਉਹ ਕਪਿਲ ਸ਼ਰਮਾ ਚ ਕਿਹੜਾ ਹੁੰਦਾ ਸਿੱਧੂ 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 ਮਾਰਦਾ ਹੁੰਦਾ ਉਹ ਯਾਰ ਕੋਈ ਕੰਮ ਕੁੰਮ ਕਰ ਲਿਆ ਕਰ ਹਾਂ ਮਰਨੇ ਤੋਂ ਪਹਿਲਾਂ ਐਸਾ ਕੰਮ ਕਰਾਂਗੇ ਕੀ ਹਾਂ ਮਰਨੇ ਤੋਂ ਪਹਿਲਾਂ ਐਸਾ ਕੰਮ ਕਰਾਂਗੇ ਉਹ ਠੀਕ ਆ ਇਹ ਤਾਂ ਦੱਸ ਕੀ ਕਰੇਗਾ ਬਾਥਰੂਮ ਉਹ ਅੰਨੀ ਦਿਆ ਮਜ਼ਾਕ ਹੈ ਜਾ ਪਹਿਲਾਂ ਕਰਕੇ ਆ ਚਾਹੇ ਅੱਜ ਕਰਨਾ ਚਾਹੇ ਥੋੜਾ ਟਾਈਮ ਬਾਅਦ ਕਰਾਂ ਪਰ ਕਰੂੰਗਾ ਉਹ ਲੈ ਸਾਰਾ ਬਾਥਰੂਮ ਆ ਕੇ ਈਮੇਲ ਆ ਆਇਆ ਤਾਂ ਕਰ ਲੈ ਮੈਨੂੰ ਆਇਆ ਲੱਗਦਾ ਆ ਜਾ ਇਕੱਠੇ ਕਰਦੇ ਆ ਜਾ ਜੇਮ ਜੇਮਨੀ ਲੈ ਆਖੇ ਸ਼ੇਮ ਜੇਮ ਉਹ ਛੱਡ ਤੂੰ ਜੱਟ ਦੀ ਧਾਰ ਦੇਖ ਕਰ ਲੈ ਤੂੰ ਵੀ ਕਰ ਲੈ ਮੇਰੇ ਕੋਲੋਂ ਕਰੀ ਜਾਣੀ ਨੀ ਉਹ ਤੂੰ ਜੱਟ ਦੀ ਧਾਰ ਦੇਖ ਹੌਲੀ ਹੌਲੀ ਕਰ ਉਹ ਯਾਰ ਕਰ ਲੈ ਲਾਵਾਂ ਤੇਰੀ ਪੈਂਟ ਲਾਵਾਂ ਗਾਵਾਂ ਪੈਂਟ ਲਾਵਾਂ ਬੜੇ ਆਏ ਤੇਰੇ ਭਰ ਕੇ ਨੇ ਲਾਉਣ ਨੂੰ ਉਹ ਵੀਰੇ ਮੇਰੇ ਸਾਹਮਣੇ ਨਾ ਕੋਈ ਖੜ ਨਹੀਂ ਸਕਦਾ ਲੋਕ ਨਾ ਦੂਰੋਂ ਦੂਰੋਂ ਨਿਕਲਦੇ ਨੇ ਉਹ ਮੂੰਹ ਤੇ ਰਮਾਲ ਰੱਖ ਲੰਘਦੇ ਨੇ ਕੋਲੋਂ ਕਰਦੇ ਆ ਵੀਲ ਜੇਮ ਜੇਮਨੀ ਮੂੰਹ ਤੇ ਰਮਾਲ ਰੱਖ ਉਹ ਕਿਉਂ ਅੱਛਾ ਇਹ ਰੀਜ਼ਨ ਜੋਕਸ ਏ ਪਾਰਟ ਚੱਲ ਸਿੰਘੇ ਵੀਰੇ ਆਪਣੀ ਵਧੀਆ ਜੀ ਵਧੀਆ ਜਿਹਾ ਗਾਣਾ ਕੋਈ ਸੁਣਾ ਕੇ ਸਾਡੇ ਸਾਰਿਆਂ ਦਾ ਮੂਡ ਖਰਾਬ ਕਰ ਦੇ ਟੋਲ ਪਲਾਜ਼ਾ ਤੇ ਸੀ ਸਿਰ ਪਾੜਿਆ ਉਦੋਂ ਤੋਂ ਹੀ ਪੈਂਦੀ ਆ ਧੱਕ ਬਲੀਏ ਜਿੱਦਾਂ ਦੇ ਕੇਸਾਂ ਵਿੱਚੋਂ ਯਾਰ ਬਰੀ ਹੋਇਆ ਤਾਂ ਯਾਰ ਤੇਰੇ ਦਾ ਗੁੱਡ ਲੱਕ ਬਲੀਏ ਅੱਛਾ ਗੱਲ ਬੜੀ ਸੋਹਣੀ ਕੀਤੀ ਅੱਛਾ ਵੀਰੇ ਹੁਣ ਤੁਸੀਂ ਗਾਣਾ ਸੁਣਾਓ ਯਾਰ
ਉਹ ਮਜ਼ਾਕ ਕਰਦਾ ਵੀਰੇ, ਮੈਨੂੰ ਪਤਾ ਤੁਸੀਂ ਗਾਣਾ ਹੀ ਗਾਇਆ ਸੀ, ਗਾਣਾ ਸੀ ਨਾ, ਗਾਣਾ ਸੀਗਾ ਇਹ। ਅੱਛਾ ਗਾਣਾ ਸੀ। ਅੱਛਾ ਵੀਰੇ ਮੈਨੂੰ ਇਹ ਦੱਸੋ ਤੁਹਾਡੇ ਵਿੱਚ ਇੰਨਾ ਵਧੀਆ ਟੈਲੈਂਟ ਮਤਲਬ ਕਿਵੇਂ ਆਇਆ? ਇਹ ਪਤਾ ਨਹੀਂ, ਗੋਡ ਗਿਫਟ ਕਹਿ ਸਕਦਾ। ਵਾਹ! ਤੇ ਵੀਰੇ ਏਦਾਂ ਦੇ ਜਿਹੜੇ ਲਿਰਿਕਸ ਨੇ ਮਾਰ ਧਾੜ ਵਾਲੇ, ਇਹ ਕਿੱਥੋਂ ਲਿਆਉਂਦੇ ਹੋ? ਆਓ ਲੰਬੜਾਂ ਦੀ ਮੀਟ ਸ਼ੌਪ ਤੋਂ। ਲੰਬੜਾਂ ਦੀ ਮੀਟ ਸ਼ੌਪ ਤੋਂ? ਇਹ ਸਾਰੇ ਲਿਰਿਕਸ ਨੇ ਜਾਂ ਲੈਗ ਪੀਸ? ਉਹ ਯਾਰ ਮੈਨੂੰ ਪਤਾ ਨਹੀਂ ਲੱਗਦਾ ਅੱਜ ਕੱਲ ਦੇ ਏਦਾਂ ਦੇ ਗਾਣੇ ਲਿਰਿਕਸ ਕਿਉਂ ਹੁੰਦੇ ਨੇ। ਇਹ ਆਪਾਂ ਜਿਹੜਾ ਕਿ ਗਾਣਾ ਮੈਂ ਦੇਖਦਾ ਭਗਤ ਸਿੰਘ ਜੀ ਨੂੰ ਦੇਖ ਕੇ ਇੰਸਪਾਇਰ ਹੋ ਕੇ ਲਈ। ਲੋਕਾਂ ਦੀ ਯਾਰ ਸੋਚ ਹੀ ਪੁੱਠੀ ਹੈ, ਜਦ ਪੁੱਠੇ ਨੂੰ ਪਾਸੇ ਨੂੰ ਲੈ ਜਾਂਦੇ ਨੇ ਕੋਈ ਵੀ ਗਾਣਾ ਬਣਦਾ ਹੈ, ਲੋਕ ਆਪਣੇ ਤੇ ਨਾ ਕਿ ਸ਼ਾਇਦ ਮੇ ਬੀ ਬਦਮਾਸ਼ੀ ਵਾਲਾ ਕੰਮ ਹੀ ਹੈ ਜਾਂ ਚੜ੍ਹਾਈ ਵਾਲਾ ਕੰਮ ਹੀ ਹੈ, ਜ਼ਰੂਰੀ ਨਹੀਂ ਹੈਗਾ ਤੁਸੀਂ ਦੇਖ ਕੇ ਵਰਡਿੰਗ ਦੇਖ ਕੇ ਕਿ ਉਹਨੂੰ ਤੁਸੀਂ ਆਪਣੇ ਸਿੰਘੇ ਵੀਰੇ। ਹੋਰ ਸਭ ਘਰੇ ਠੀਕ ਠਾਕ? ਹਾਂਜੀ ਹਾਂਜੀ, ਸਿੰਘਾ ਬੋਲਦੇ ਵੀਰੇ। ਅੱਛਾ ਸਿੰਘੇ ਵੀਰੇ ਮੈਂ ਤੁਹਾਨੂੰ ਨਾ ਅਖੀਰ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਮੈਂ। ਵੀਡੀਓ ਖਤਮ। ਮੇਰਾ ਹੱਸਾ ਨਿਕਲ ਗਿਆ ਯਾਰ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਯਾਨੀ ਅਮਨ ਔਜਲਾ ਵੱਲੋਂ। ਤੇ ਵੀਡੀਓ ਕਿਵੇਂ ਦੀ ਲੱਗੀ? ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਯਾਰ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ ਤੇ ਜਲਦੀ 5 ਲੱਖ ਕਰ ਦਿਓ ਤੇ ਆਪਾਂ ਕਰਾਂਗੇ ਮੀਟ ਐਂਡ ਗ੍ਰੀਟ ਜਲਦੀ। ਤੇ ਰੋਜ਼ ਵੀਡੀਓਜ਼ ਆਉਂਦੀਆਂ ਰਹਿਣਗੀਆਂ, ਲੇਕਿਨ ਹੁਣ ਮੈਂ ਨਵਾਂ ਫਲੇਵਰ ਲਿਆਂਦਾ ਸਪੂਫ ਵੀਡੀਓਜ਼। ਜਿਹਨੇ ਨਹੀਂ ਦੇਖੀ ਜਾ ਕੇ ਦੇਖ ਲਿਓ, ਪਬਜੀਆਂ ਪਟੋਲੇ ਤੇ ਇਦਾਂ ਦੇ ਸਪੂਫ ਵੀ ਆਉਂਦੇ ਰਹਿਣਗੇ, ਰੋਜ਼ ਵੀਡੀਓਜ਼ ਵੀ ਆਉਂਦੀਆਂ ਰਹਿਣਗੀਆਂ। ਤੇ ਬਾਕੀ ਤੁਸੀਂ ਯਾਰ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰ ਲਿਓ, ਦਿਸ ਇਜ਼ ਮਾਈ ਇੰਸਟਾਗ੍ਰਾਮ ਆਈਡੀ ਆਈ ਅਮਨ ਔਜਲਾ ਤੇ ਮੈਨੂੰ ਸਰਚ ਕਰਕੇ ਤੁਸੀਂ ਫੋਲੋ ਕਰ ਲਿਓ, ਕਿਉਂਕਿ ਮੈਨੂੰ ਤੁਹਾਡੇ ਸੁਜੈਸ਼ਨ ਦੀ ਲੋੜ ਹੁੰਦੀ ਹੈ ਮੈਂ ਅੱਗੇ ਕੀ ਬਣਾਵਾਂ। ਬਾਕੀ ਮਿਲਦਾ ਜੀ ਨੈਕਸਟ ਵੀਡੀਓ ਵਿੱਚ। ਉਹ ਭਾਂਡੇ ਹੋੜੀ ਖੜਕਾ ਲਓ ਪਿੱਛੇ। ਚਲੋ ਜੀ ਮੈਂ ਲੈਣਾ ਤੁਹਾਡਾ ਆਪਣਾ ਅਮਨ ਔਜਲਾ ਇਜਾਜ਼ਤ, ਨੈਕਸਟ ਵੀਡੀਓ ਚ ਮਿਲਦੇ ਹਾਂ, ਤਦ ਤੱਕ ਲਈ ਕਿੱਦਾਂ ਫਿਰੇ।